Hello, so welcome back to my another vlog. So ਅੱਜ ਆਪਾਂ ਡੇਲੀ ਸਟਾਰਟ ਕਰਨੀ ਹੈ ਨਾਸਰੇ ਤੋਂ ਰਾਤ ਦਾ ਤੁਹਾਨੂੰ ਵਿਊ ਦਿਖਾਤਾ ਸੀਗਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਵਿਊ ਸਵੇਰ ਦਾ ਤੇ ਮਾਰਨਿੰਗ ਹੋ ਚੁੱਕੀ ਹੈ ਗੁੱਡ ਮਾਰਨਿੰਗ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਬ੍ਰੇਕਫਾਸਟ ਕਰ ਲਈਏ ਤੇ ਫਿਰ ਆਪਾਂ ਪਰਸਿਊ ਕਰਾਂਗੇ ਅੱਜ ਦਾ ਸਫ਼ਰ ਨਾਸਰੇ ਦੇ ਵਿੱਚ ਸੋ ਤੁਹਾਨੂੰ ਉਹ ਟੈਕਟੋਨਿਕ ਪਲੇਟ ਵੀ ਦਿਖਾਵਾਂਗੇ ਉੱਧਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਸਾਰਾ ਅੱਜ ਨਾਸਰੇ ਦਾ ਜਿਹੜਾ ਮੇਨ ਮੇਨ ਪਾਰਟ ਹੈ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਆਹ ਵਿਊ ਹੈ ਸਾਡੇ ਹੋਟਲ ਤੋਂ ਵਾਹ ਵੀ ਵਾਹ ਵਿਊ ਹੈ ਬਹੁਤ ਅੱਤ ਵਿਊ ਹੈ ਚੱਲੀਏ ਫਿਰ ਅੰਦਰ ਪਹਿਲਾਂ ਬ੍ਰੇਕਫਾਸਟ ਕਰੀਏ ਫਿਰ ਚੱਲਾਂਗੇ ਨਾਜ਼ਰੇ ਦੇ ਬੀਚ ਅਤੇ ਤੁਹਾਨੂੰ ਦਿਖਾਉਂਦੇ ਚਾਹ ਮੋਰਨਿੰਗ ਸਟਾਰਟ ਕਰ ਰਹੇ ਨਸਰੇ ਦੇ ਵਿੱਚ ਨਸਰੇ ਨਜ਼ਾਰੇ ਦੇ ਨਸਰੇ ਦੇ ਨਜ਼ਾਰੇ ਲੈ ਰਹੇ ਹੈ ਸੋ ਇਹ ਤਾਂ ਕਾਫੀ ਰਿਦਮ ਜਿਹਾ ਬਣ ਗਿਆ ਸੋ ਆਪਾਂ ਨਸਰੇ ਦੇ ਨਜ਼ਾਰੇ ਲੈ ਰਹੇ ਹੈ ਅਤੇ ਹੁਣ ਬ੍ਰੇਕਫਾਸਟ ਕਰ ਰਹੇ ਹਾਂ ਅਤੇ ਦੇਖ ਸਕਦੇ ਅਸੀਂ ਪਿੱਛੇ ਸਾਰਾ ਇਹ ਆਪਣਾ ਹੀ ਹੈ ਸਾਰਾ ਸਮਾਨ ਪਿੱਛੇ ਵੈਸੇ ਮੈਂ ਬਹੁਤ ਦਿਖਾਉਣਾ ਨਾ ਹੀ ਦਿਖਾਇਆ ਕਰ ਚੰਗੀ ਗੱਲ ਹੈ ਆਪ ਹੀ ਦੇਖ ਲਿਆ ਕਰੋ ਵੀਰੋ ਕਿ ਆਪੇ ਆ ਬ੍ਰੇਕਫਾਸਟ ਅਤੇ ਹੁਣ ਆਪਾਂ ਬੈਠੇ ਹੋਏ ਹਾਂ ਕੌਫੀ ਸ਼ੌਫੀ ਚੱਲ ਰਹੀ ਹੈ ਇੱਥੋਂ ਦਾ ਬੀਚ ਬਹੁਤ ਮਸ਼ਹੂਰ ਹੈ ਸੋ ਅੱਜ ਸੌਖਾ ਵੈਦਰ ਥੋੜ੍ਹਾ ਜਿਹਾ ਠੀਕ ਹੈ ਦੇਖਿਆ ਸੀਗਾ ਰੂਮ ਦੇ ਵਿੱਚੋਂ ਸੋ ਤੁਹਾਨੂੰ ਬੀਚ ਦਿਖਾਉਂਦੇ ਨਜ਼ਰੇ ਦੇ ਵਿਊ ਦਿਖਾਉਂਦੇ ਹਾਂ ਨਸਰੇ ਦੇ ਵਿਊ ਦਿਖਾਉਂਦੇ ਨਸਰੇ ਦੇ ਨਜ਼ਾਰੇ ਦਿਖਾਉਂਦੇ ਹਾਂ ਤੁਹਾਨੂੰ ਦੇਖ ਰਹੇ ਹੋ ਮੱਛੀਆਂ ਸੁੱਕਣੇ ਪੈ ਰਹੀਆਂ ਮੱਛੀਆਂ ਸੁਕਾ ਰਹੇ ਨੇ ਇੱਥੇ ਅਤੇ ਦੇਖ ਸਕਦੇ ਹੋ ਕਿੱਦਾਂ ਸੁਕਾ ਰਹੇ ਨੇ ਵਾਹ ਸੋ ਇਹ ਨਾ ਟ੍ਰੈਡੀਸ਼ਨ ਹੈ ਲਿਖਿਆ ਹੋਇਆ ਇੱਥੇ ਸਪੈਸ਼ਲ ਆ ਪਲੇਸ ਹੈ ਅਤੇ ਜਿੱਥੇ ਆ ਇੱਥੋਂ ਦੇ ਫਿਸ਼ਰਮੈਨ ਮੱਛੀਆਂ ਸੁਕਾਉਂਦੇ ਨੇ ਅਤੇ ਮੱਛੀਆਂ ਫੜ ਕੇ ਆਪਦਾ ਕਾਰੋਬਾਰ ਤੋਰਦੇ ਨੇ ਇੱਥੇ ਅਤੇ ਦੇਖ ਸਕਦੇ ਹੋ ਤੁਸੀਂ ਓਸ਼ਨ ਦੇਖ ਸਕਦੇ ਹੋ ਹਾਂਜੀ ਇਹਨਾਂ ਦਾ ਬਿਜ਼ਨਸ ਦੇਖ ਸਕਦੇ ਹੋ ਲੱਗੀ ਹੋਈ ਵਿਚਾਰੀ ਕੱਟਣ ਲੱਗੀ ਹੈ ਇਹਨੇ ਸੁਕਾ ਦੇਣੇ ਆ ਹੁਣ ਇੱਥੇ ਇਹਨਾਂ ਦਾ ਆਹੀ ਬਿਜ਼ਨਸ ਹੈ ਫਿਸ਼ ਨਾਲ ਰਿਲੇਟਿਡ ਬਿਜ਼ਨਸ ਹੀ ਹੈਗੇ ਇੱਥੇ ਅਤੇ ਲਿਖਿਆ ਹੋਇਆ ਹੈਗਾ ਦੱਸਿਆ ਹੋਇਆ ਹੈਗਾ ਕਿ ਬਹੁਤ ਪੁਰਾਣਾ ਟ੍ਰੈਡੀਸ਼ਨ ਹੈ ਇਹ ਬੋਟਸ ਦੇਖ ਸਕਦੇ ਹੋ ਪਹਿਲਾਂ ਇਹ ਐਨੀਮਲਸ ਲੈ ਕੇ ਆਉਂਦੇ ਸੀ ਇਹਨਾਂ ਨੂੰ ਬਾਹਰ ਓਸ਼ਨ ਤੋਂ ਸਾਰਾ ਬਿਜ਼ਨਸ ਫਿਸ਼ਰਮੈਨ ਦਾ ਹੈਗਾ ਹੁਣ ਆਪਾਂ ਆ ਚੁੱਕੇ ਹਾਂ ਟੈਕਟੋਨਿਕ ਪਲੇਟ ਦੇ ਨੇੜੇ ਸੋ ਜਿਹੜੀ ਆ ਤੁਹਾਨੂੰ ਭਾਰ ਲੱਗ ਰਿਹਾ ਭਾਰ ਟੈਕਟੋਨਿਕ ਪਲੇਟ ਹੈ ਇਹ ਉਹ ਪਲੇਟ ਹੈ ਕਾਫੀ ਦੇਖਣ ਨੂੰ ਭਾਰ ਲੱਗਦੀ ਹੈ ਪਰ ਇਹ ਪਲੇਟਾਂ ਹੁੰਦੀਆਂ ਨੇ ਟੈਕਟੋਨਿਕ ਪਲੇਟਾਂ ਸੋ ਇਸ ਟੈਕਟੋਨਿਕ ਪਲੇਟ ਕਰਕੇ ਇੱਥੇ ਯੂਰੋਪ ਦੀਆਂ ਸਭ ਤੋਂ ਵੱਡੀਆਂ ਲਹਿਰਾਂ ਆਉਂਦੀਆਂ ਨੇ ਇਸ ਨਾਸਰੇ ਦੇ ਵਿੱਚ ਸੋ ਇਹ ਹਾਈ ਅਲਰਟ ਰਹਿੰਦਾ ਹਮੇਸ਼ਾ ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ ਅਤੇ ਨਾਸਰੇ ਦੇ ਵਿੱਚ ਹਾਈ ਟਾਈਡਸ ਨੇ ਹਾਈ ਵੇਵਸ ਨੇ ਤੁਸੀਂ ਹਜੇ ਵੀ ਦੇਖ ਸਕਦੇ ਹੋ ਸੋ ਆਪਾਂ ਤੁਹਾਨੂੰ ਉਹਦੇ ਟੋਪ 'ਤੇ ਲੈ ਕੇ ਜਾਵਾਂਗੇ ਸੋ ਟੋਪ 'ਤੇ ਜਾਣ ਲਈ ਐਲੀਵੇਟਰ ਬਣਾਈ ਹੋਈ ਹੈ ਐਲੀਵੇਟਰ ਇੱਕ ਤਰ੍ਹਾਂ ਦੀ ਟ੍ਰੇਨ ਹੀ ਹੈ ਸੋ ਆਪਾਂ ਟ੍ਰੇਨ ਲੈਣੀ ਹੈ ਉੱਪਰ ਜਾਣ ਲਈ ਟੈਕਟੋਨਿਕ ਪਲੇਟ 'ਤੇ ਸੋ ਤੁਹਾਨੂੰ ਜ਼ਿਆਦਾ ਨਾ ਗੱਲਾਂ ਕਰੀਏ ਹੁਣ ਤੁਹਾਨੂੰ ਉੱਤੋਂ ਹੀ ਦਿਖਾਵਾਂਗੇ ਵਿਊ ਸੋ ਆਹ ਟ੍ਰੇਨ ਯੂਜ਼ ਕਰਨੀ ਪੈਂਦੀ ਹੈ ਉੱਪਰ ਜਾਣ ਵਾਸਤੇ ਅੱਪ 'ਤੇ ਜਾਣ ਵਾਸਤੇ ਸੋ ਆਹ ਟ੍ਰੇਨ ਦਾ ਸਫ਼ਰ ਤੁਹਾਨੂੰ ਦਿਖਾਉਂਦੇ ਚਾਹ Teach me about fucking style. Okay.
ਉਹ ਇਹਨਾਂ ਨੇ ਲਿਖਿਆ ਹੋਇਆ ਕਿ ਜੇ ਤੁਸੀਂ ਉਸ ਪੁਆਇੰਟ 'ਤੇ ਜਾਓਗੇ ਜਿਸ ਪੁਆਇੰਟ ਤੁਹਾਨੂੰ ਲੈ ਕੇ ਚੱਲਿਆ ਉੱਧਰਲੇ ਪਾਸੇ ਹੈਗਾ ਟੈਕਟੋਨਿਕ ਪਲੇਟ ਦਾ, ਕਹਿੰਦੇ ਉੱਥੇ 30 meters ਦੀ ਵੇਵਸ ਆਉਂਦੀਆਂ ਨੇ, ਸੋ ਯੂਰੋਪ ਦੀਆਂ ਸਭ ਤੋਂ ਵੱਡੀਆਂ ਵੇਵਸ ਆਉਂਦੀਆਂ ਨੇ ਇੱਥੇ, ਅਤੇ ਤੁਹਾਨੂੰ ਹੁਣ ਹੋਪ ਕਰਦਾ ਉੱਥੇ ਹੁਣ ਵੇਵਸ ਹੋਣ ਤੁਹਾਡੇ ਲਈ, ਤੁਹਾਨੂੰ ਦਿਖਾਵਾਂਗੇ ਜ਼ਰੂਰ ਵੇਵਸ। ਸੋ ਆਪਾਂ ਇਸ ਟਾਈਮ ਵੈਰੀ ਯੂਨੀਕ ਜਿਹੀ ਪਲੇਸ 'ਤੇ ਫਿਰਦੇ ਹਾਂ ਕਿਉਂਕਿ ਆਪਾਂ ਇਸ ਟਾਈਮ ਆ ਗਏ ਹਾਂ ਟੋਪ 'ਤੇ, ਅਤੇ ਹੁਣ ਆਪਾਂ ਨੂੰ ਸਾਰਾ ਵਿਊ ਦਿਖਦਾ ਨਜ਼ਾਰੇ ਬੀਚ ਦਾ, ਪਰਾਇਆ ਕਹਿੰਦੇ ਆ ਬੀਚ ਨੂੰ ਇੱਥੇ, ਸੋ ਆਪਾਂ ਪਰਾਏ ਦਾ ਨਜ਼ਾਰਾ ਦਿਖਾਉਂਦੇ ਹਾਂ। ਸੋ ਜਦੋਂ ਵੇ ਨਹੀਂ ਸੀਗਾ ਚੰਗੀ ਤਰ੍ਹਾਂ ਜਾਣ ਨੂੰ ਥੱਲੇ ਉੱਧਰਲੇ ਪਾਸੇ ਨਾਸਰੇ ਸੈਂਟਰਲ ਦੇ ਵਿੱਚ, ਸੋ ਇੱਥੇ ਆਹ ਵਾਲੀ ਪਲੇਟ ਦੇ ਉੱਤੇ, ਸੋ ਆਹ ਵਾਲੀ ਟੈਕਟੋਨਿਕ ਪਲੇਟ ਦੇ ਉੱਤੇ ਇਹਨਾਂ ਨੇ ਆਪਦਾ ਪਿੰਡ ਜਿਹਾ ਵਸਾ ਲਿਆ ਸੀਗਾ ਇਹਨਾਂ ਨੇ। ਸੋ ਆਹ ਪੁਰਾਣੀ ਚਰਚ ਹੈ, ਅਤੇ ਤੁਹਾਨੂੰ ਆਹ ਚਰਚ ਦੇ ਅੰਦਰ ਲੈ ਕੇ ਜਾਂਦੇ, ਚਲੋ। ਹਾਂਜੀ, ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਉਸ ਪੁਆਇੰਟ 'ਤੇ ਜਿੱਥੇ ਕਿ ਬਿਗ ਵੇਵਸ ਆਉਂਦੀਆਂ ਨੇ, ਸੋ ਇਸ ਟਾਈਮ 10 meters ਦੀਆਂ ਹੈਗੀਆਂ ਨੇ, ਸੋ ਇੱਥੇ 30-30 meters ਦੀਆਂ ਵੀ ਆਉਂਦੀਆਂ ਵੇਵਸ, ਜੋ ਕਿ ਇੱਥੇ ਟੈਕਟੋਨਿਕ ਪਲੇਟ 'ਤੇ 30 meters ਦੀਆਂ ਆਉਂਦੀਆਂ ਨੇ, ਅੱਜ 10 meters ਦੀਆਂ ਆ ਰਹੀਆਂ ਨੇ, ਚੱਲ ਕੋਈ ਨਹੀਂ ਇਹਨਾਂ ਦੀ 10 meters ਦੀਆਂ ਵੀ ਦੇਖ ਲਈ। ਸੋ ਆਹ ਉਹ ਪੁਆਇੰਟ ਹੈਗਾ ਸਭ ਤੋਂ ਜ਼ਿਆਦਾ ਵੇਵਸ ਆਉਂਦੀਆਂ, ਅਤੇ ਪਿੱਛੇ ਤੁਸੀਂ ਦੇਖ ਸਕਦੇ ਟੂਰਿਸਟ, ਓ ਮਾਈ ਗੋਡ, ਤੁਹਾਨੂੰ ਮੈਂ ਵੇਵਸ ਦਿਖਾਉਣਾ। ਪਲੇਸ ਹੈਗੀ ਹੈ ਵਾਰਨ ਕੀ ਹੋ ਗਿਆ, ਸੋ ਚਲ ਕੋਈ ਨਹੀਂ। ਸਭ ਆਹ ਪਲੇਸ ਉਹ ਹੈ ਜਿੱਥੇ ਕਿ ਜਦੋਂ ਬਿਗ ਬੇਸ ਆਉਂਦੀਆਂ ਨੇ, ਤੋ ਇਹਨਾਂ ਨੇ ਇੱਥੇ ਕੰਪੀਟੀਸ਼ਨ ਹੋਇਆ ਸੀਗਾ, ਅਤੇ ਆਹ ਜਿਹੜੇ ਵੀ ਹੈਗੇ ਜਿਹੜੇ ਵੀ ਸਰਫ ਬੋਰਡ ਪਏ ਨੇ, ਸੋ ਉਸ ਬਿਗ ਵੇਵ 'ਤੇ ਸਰਫ ਕੀਤੇ ਸੀਗੇ, ਸੋ ਇਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ ਅਤੇ ਸਰਫਰ ਨੇ, ਸੋ ਇਹਨਾਂ ਨੇ ਸਰਫਿੰਗ ਕੀਤੀ ਸੀਗੀ ਬਿਗ ਵੇਵਸ 'ਤੇ, ਸੋ ਇਹਨਾਂ ਨੇ ਸਰਫਿੰਗ ਕੀਤੀ ਸੀ ਬਿਗ ਵੇਵਸ 'ਤੇ, ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਬੋਰਡ ਪਏ ਨੇ ਉਸ ਸਮੇਂ ਦੇ। ਸੋ ਆਏ ਸਾਲ ਇੱਥੇ ਕੰਪੀਟੀਸ਼ਨ ਹੁੰਦਾ ਬਿਗ ਵੇਵਸ 'ਤੇ ਜਦੋਂ ਵੇਵਸ ਆਉਂਦੀਆਂ ਨੇ।
ਤਿਆਰ ਕੀਤਾ ਗਿਆ ਉਸ ਚੀਜ਼ ਦਾ ਕਿ ਕਾਹਤੋਂ ਇੰਨੀਆਂ ਵੱਡੀਆਂ ਵੇਵਸ ਆਉਂਦੀਆਂ ਇੱਥੇ। ਸੋ ਟੈਕਟੋਨਿਕ ਪਲੇਟ ਉੱਥੋਂ ਸਟਾਰਟ ਹੁੰਦੀ ਹੈ ਅਤੇ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ। ਸੋ ਇਹਨਾਂ ਨੂੰ ਸਮਝਾਇਆ ਉਹ ਉੱਥੇ ਨਾਜ਼ਰੇ ਹੈ। ਸੋ ਨਾਜ਼ਰੇ 'ਚ ਜਾਂਦੀ ਹੈ, ਆਪਾਂ ਇੱਥੇ ਗਏ ਉਸ ਟਾਈਮ। ਉਦੋਂ ਮਤਲਬ ਪ੍ਰੈਸ਼ਰ ਨਾਲ ਜਦੋਂ ਸਮੁੰਦਰ ਆਉਂਦਾ ਇੱਧਰਲੇ ਪਾਸੇ, ਸੋ ਵੇਵਸ ਬਿਗ ਹੋ ਜਾਂਦੀਆਂ ਇੱਧਰ ਆਉਣ 'ਤੇ। ਅਤੇ ਜਿੱਦਾਂ ਕਿ ਮੈਨੂੰ ਹਜੇ ਤੱਕ ਸਮਝ ਆਇਆ ਨਹੀਂ ਤਾਂ ਸਮਝਾ ਤਾ। ਸੋ ਹੁਣ ਆਪਾਂ ਹੋਰ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਵਿਊ ਨਾਜ਼ਰੇ ਦਾ। ਚਲੋ teach me about fucking stars. ਹੁਣ ਆ ਗਏ ਆਪਾਂ ਰੈਸਟੋਰੈਂਟ ਦੇ ਵਿੱਚ। ਸੋ ਰੈਸਟੋਰੈਂਟ ਦੀ ਸਪੈਸ਼ਲ ਡਿਸ਼ ਹੈਗੀ ਆਕਟੋਪਸ। ਸੋ ਕਾਫੀ ਇੰਨਾ ਸੁੰਦਰ ਹੈਗਾ ਅਤੇ ਆਕਟੋਪਸ ਫਿਸ਼। ਸੋ ਸਮੁੰਦਰ 'ਚ ਹੈਗਾ ਲੈਣੀ ਅਤੇ ਫਿਸ਼ ਦੀਆਂ ਡਿਸ਼ਾਂ ਇੱਕ ਨੰਬਰ ਹੈ ਅਤੇ ਕਾਫੀ ਸਪੈਸ਼ਲ, ਲੋਕ ਸਪੈਸ਼ਲ ਆਉਂਦੇ ਖਾਣ ਵਾਸਤੇ ਇੱਥੇ। ਆਕਟੋਪਸ ਟਰਾਈ ਕਰਦੇ ਹਾਂ ਫਿਰ। ਆਕਟੋਪਸ ਵਾਕਿਆ ਮੈਂ ਵਧੀਆ